ਜਸਵੀਰ ਭੁੱਲਰ ਦੀ ਸੰਪਾਦਿਤ ਪੁਸਤਕ ਨਮ ਸ਼ਬਦਾਂ ਦੀ ਆਪਸ਼ਾਰ ਅਗਲਾ ਵਿਸ਼ਾ ਹੈ ਧੂੜਾਂ ਧੁੰਦਲ ਕੇ ਤੇ ਧੜਕਣ ਲੇਖਕ ਗੁਲਜ਼ਾਰ ਸਿੰਘ ਸੰਧੂ ਦਾਸੀ ਯਸ਼ੋਦਰਾ ਰਾਣੀਏ ਉੱਚੇ ਮੰਦਰਾਂ ਵਾਲੀਏ ਤੇਰੇ ਵਾਲਾਂ ਚੀਂ ਚਾਂਦੀ ਦਾ ਬਾੜ ਯਸ਼ੋਦਰਾ ਮੈਂ ਨਾ ਕੋਈ ਚਿੱਤਰ ਲੇਖਾਂ ਜੋ ਅੱਖਾਂ ਦੇ ਰਾਉਜਾਲਾ ਹੁਆ ਜਾਤਾ ਹੈ ਇਹ ਤਾਂ ਮੌਤ ਦੀ ਪਹਿਲੀ ਹਾਕ ਕਿ ਚਲੇ ਆਓ ਕਿ ਆਉਣ ਦਾ ਵੇਲਾ ਹੋ ਗਿਆ ਡਾਕਟਰ ਦਲੀਪ ਕਾਰਟੀਵਾਣਾ ਦੇ ਨੋਵਲ ਚ ਉਦੋਂ ਮੈਂ ਇਸ ਸ਼ਬਦ ਚਿੱਤਰ ਦਾ ਨਾਂ ਛੋਟੀ ਦੀਦੀ ਰੱਖਿਆ ਸੀ ਦਲੀਪ ਕਾਰਟੀਵਾਣਾ ਮੇਰੀ ਸਮਕਾਲੀ ਹੈ ਤੇ ਰਚਨਾ ਤਿੰਨ ਦਹਾਕੇ ਪੁਰਾਣੀ ਇਹ ਨੂੰ 1972 ਦੇ ਕੈਲੰਡਰ ਸਾਹਮਣੇ ਰੱਖ ਕੇ ਪੜਨ ਦੀ ਲੋੜ ਹੈ ਪੰਜਾਬੀ ਸਾਹਿਤ ਦੇ ਕੇਵਲ ਦੋ ਲੇਖਕਾਂ ਵਾਂ ਹਨ ਜਿਨ੍ਹਾਂ ਨੂੰ ਉਹਨਾਂ ਦੇ ਪਾਠਕ ਦੇ ਵਿਦਿਆਰਥੀ ਦੀਦੀ کہہ ਕੇ ਬੁਲਾਉਂਦੇ ਆਂ ਦੋਹਾਂ ਦੀਦੀਆਂ ਦਾ ਆਪੋ ਚ ਬੜਾ ਪਿਆਰ ਹੈ ਦੋਹਾਂ ਦੇ ਘਰ ਹੀ ਸਾਹਿਤਕਾਰਾਂ ਪਾਠਕਾਂ ਦੇ ਵਿਦਿਆਰਥੀਆਂ ਦਾ ਦਰਬਾਰ ਲੱਗਦਾ ਹੈ ਬੜੀ ਦੀਦੀ ਨਿੰਬੂ ਵਾਲੀ ਚਾਹ ਪਿੰਦੀ ਹੈ ਤੇ ਪਿਉਂਦੀ ਹੈ ਤੇ ਛੋਟੀ ਦੀਦੀ ਇਲਾਇਚੀ ਵਾਲੀ ਬੜੀ ਦੀਦੀ ਦਾ ਦੀਦ ਕਰਤਾ ਸ਼ਿਵ ਕੁਮਾਰ ਹੈ ਛੋਟੀ ਦਾ surjit patar ਵੱਡੀ ਦਿੱਲੀ ਰਹਿੰਦੀ ਹੈ ਛੋਟੀ ਪਟਿਆਲੇ ਤੁਸੀਂ ਕਹੋਗੇ ਦਿੱਲੀ ਦਿੱਲੀ ਹੈ ਮੈਂ ਕਹਣਾ ਪਟਿਆਲਾ ਪਟਿਆਲਾ ਹੀ ਹੈ ਜਿਵੇਂ ਕੋਈ ਕਹੇ ਅਮਰਤਾ ਅਮਰਤਾ ਤੇ ਟਿਵਾਣਾ ਟਿਵਾਣਾ ਚਲੋ ਦਲੀਪ ਕੌਰ ਟਿਵਾਣਾ ਦੀ ਗੱਲ ਕਰਦੇ ਹਾਂ ਉਹ ਸਾਨੂੰ ਦੂਰ ਹੋ ਕੇ ਵੀ ਨੇੜੇ ਹੈ ਨੇੜੇ ਇਸ ਲਈ ਕਿ ਸਾਡੇ ਪੂਛ ਦੀ ਲਿਖ ਹੈ ਸਾਡੀ ਪੀੜ੍ਹੀ ਦੀ ਸਾਡੀ ਸਮਕਾਲੀ ਸਾਡੀ ਹਾਨੀ ਸ਼ਾਇਦ ਇਹ ਯੂ ਕਾਰਨ ਹੈ ਜਦੋਂ ਉਹਨੂੰ ਪੁਰਸਕਾਰ ਦੇਣ ਦਾ ਐਲਾਨ ਹੋਇਆ ਮੈਨੂੰ ਜੱਪਿਆ ਜਿਵੇਂ ਪੁਰਸਕਾਰ ਸਾਡੇ ਵੇੜੇ ਆਵੜਿਆ ਹੋਵੇ ਪਰ ਇਸ ਖਬਰ ਦਾ ਮੇਰੇ ਉੱਤੇ ਅਜੀਬ ਜਿਹਾ ਅਸਰ ਹੋਇਆ ਜਿਹੜਾ ਕੇਵਲ ਮੇਰੇ ਸਮਕਾਲੀਆਂ ਉੱਤੇ ਹੀ ਹੋ ਸਕਦਾ ਸੀ ਉਹ ਇਹ ਕਿ ਜਿਵੇਂ ਸਾਡੇ ਵੇੜੇ ਕੋਈ ਹਲਕਿਆ ਹੋਇਆ ਜਾਨਵਰ ਆਵੜਿਆ ਜਿਨੇ ਸਾਡੇ ਪਰਿਵਾਰ ਦੇ ਇਕੱਲੇ-ਇਕੱਲੇ ਜੀਨ ਨੂੰ ਹਲਕਾ ਦੇਣਾ ਮੇਰੀ ਪਉਚ ਦੇ ਹਰ ਲੇਖਕ ਨੂੰ ਜ਼ਹਿਰ ਚੜ ਜਾਣਾ ਜਿਸ ਨਾਲ ਮੌਤ ਵੀ ਹੋ ਸਕਦੀ ਹੈ ਮੇਰਾ ਭਾਵ ਸਾਹਿਤਿਕ ਮੌਤ ਤੋਂ ਇਥੇ ਮੈਂ ਇਸ ਹਲਕ ਨਾਲ ਮਰਨ ਵਾਲਿਆਂ ਜਾਂ ਇਸ ਤੋਂ ਬਚ ਕੇ ਜਿਉਂਦੇ ਰਹਿਣ ਵਾਲਿਆਂ ਦੇ ਨਾਂ ਨਹੀਂ ਲੈਂਦਾ ਪਰ ਮੇਰੀ ਪੋਚ ਦੇ ਕਿਸੇ ਵੀ ਬੰਦੇ ਦੀ ਇਸ ਹਲਕਾ ਨਾਲ ਮੌਤ ਹੋ ਗਈ ਤਾਂ ਮੈਨੂੰ ਇਹਦਾ ਦੁੱਖ ਹੋਏਗਾ। ਦਲੀਪਕੌਰ ਟਿਵਾਣਾ ਇੱਕ ਹੈਰੀ ਤਾਂ ਹੈ ਮਰਨ ਵਾਲੀ ਨਹੀਂ। ਸਾਹਿਤ ਵਿੱਚ ਵੀ ਤੇ ਸਾਹਿਤ ਤੋਂ ਬਾਹਰ ਵੀ ਮੈਨੂੰ ਇੱਕ ਪੁਰਾਣੀ ਗੱਲ ਯਾਦ ਆ ਗਈ ਹੈ। ਇੱਕ ਦਹਾਕਾ ਹੋਇਆ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਆਪਣੇ ਫਤਿਹਗੜ੍ਹ ਸਾਹਿਬ ਵਾਲੇ ਕਾਲਜ 'ਚ ਬਹੁਤ ਵੱਡਾ ਸਾਹਿਤਿਕ ਸਮਾਗਮ ਕੀਤਾ। ਇੱਡਾ ਵੱਡਾ ਕਿ ਇੱਥੇ ਸੱਦੀ ਹੋਈ ਉਸਬੇਕ ਕਵੀ ਜ਼ulfੀਆਂ ਦੀ ਦੁਪਾਸ਼ਨ ਕੁੜੀ ਕਾਲਜ ਨੂੰ ਯੂਨੀਵਰਸਿਟੀ ਸਮਝਦੀ ਤੇ ਕਹਿੰਦੀ ਰਹੀ ਇਸ ਸਮਾਗਮ ਦੀ ਇੱਕ ਬੈਠਕ 'ਚ ਪੰਜਾਬੀ ਕਹਾਣੀ ਉੱਤੇ ਚਰਚਾ ਸੀ ਮੈਂ ਅਜੇ ਇਸ ਸਮਾਗਮਾਂ 'ਚ ਭਾਗ ਲੈਣ ਲਈ ਨਹੀਂ ਸਗੋਂ ਮਿਲਣ-ਗਿਲਣੇ ਜਾਣ ਘਟੋ-ਘਟੋਸ 'ਤੇ ਨੇ ਗੱਲ ਇਦਾਂ ਹੀ ਸੀ ਹਾਲ ਕਮਰੇ ਦੇ ਬਾਹਰ ਖਲੋਤੇਆਂ ਜਦੋਂ ਮੈਂ ਅੰਦਰ ਨੂੰ ਛਾਤੀ ਮਾਰੀ ਤਾਂ ਸਾਰੇ ਚੁੱਪ ਵਰਤ ਗਏ ਹਾਲ ਦੀ ਪਿਛਲੀ ਬਾਰੀ 'ਚ ਤੱਕਿਆ ਤਾਂ ਸਭਾ ਗਰਮ ਸੀ बोलण वाले ਤਾਂ ਪਤਾ ਨਹੀਂ ਕੌਣ ਸੀ ਹੋਣਗੇ ਅਤਰ ਸਿੰਘ ਆ ਪਰ ਇਸ ਬੈਠਕ ਦੀ ਪ੍ਰਧਾਨਗੀ ਕੁਰਸੀ ਉੱਤੇ ਕੰਪਲ ਸੇਖੋ ਨੇ ਕਿਸੇ ਨਿੱਕੀ ਜਿਹੀ ਕੁੜੀ ਨੂੰ ਬਿਠਾ ਛੱਡਿਆ ਸੀ ਮੈਂ ਸਮਝਿਆ ਉਹਦੇ ਕਾਲਜ ਦੀ ਕੋਈ ਪ੍ਰੋਫੈਸਰ ਹੈ ਜਿਹੜੀ ਐਸੇ ਸਾਲਮ ਧਿਆਨ ਪਾਸ ਕਰਕੇ ਪੜਾਉਣ ਲੱਗੀ ਹੈ ਉਹ ਕੁੜੀ ਸੱਚਮੁੱਚ ਹੀ ਕਲ ਦੀ ਵਿਦਿਆਰਥਣ ਜਾਪਦੀ ਸੀ ਹਲਕਾ ਜਿਹਾ ਸਰੀਰ ਵਾਲਾਂ ਦਾ ਰਤਾ ਕੁ ਟੇਡਾ ਚੀ ਢਿੱਲੀ ਜੀ ਗੋਤ ਸਲਵਾਰ ਕਮੀਜ਼ ਚੁੰਨੀ ਉਹ ਚੁੱਪਚਪੀਤੀ ਬੈਠੀ ਸੀ ਸੰਗ ਦੀ ਸੰਗ ਦੀ ਉਹਨੇ ਭਰੀ ਸਭਾ ਚ ਚੁੱਪ ਤੇ ਸੰਗ ਵਰਤਾਈ ਹੋਈ ਸੀ बोलण वाले साजे साजे बोल रहे थे जमे मन च ते लाउड स्पीकर दे माइक दी ਥਾਂ ਸਾਇਲੈਂਸਰ ਲੱਗਾ ਹੋਵੇ ਨਹੀਂ ਤਾਂ ਅਤਰ ਸਿੰਘ ਦੀ ਆਵਾਜ਼ ਨੂੰ ਰੋਕਣ ਵਾਲਾ ਕੌਣ ਹੋ ਸਕਦਾ ਸੀ ਬੋਲਿਆ ਤਾਂ ਹੋਏਗਾ ਜ਼ਰੂਰ ਮੈਨੂੰ ਚੇਤਾ ਤੱਕ ਨਹੀਂ ਪਤਾ ਲੱਗਿਆ ਪ੍ਰਧਾਨਗੀ ਦੀ ਕੁਰਸੀ 'ਚ ਧੌਣ ਨੇ ਵਾਕੇ ਬੈਠੀ ਕੁੜੀ ਦਲੀਪ ਕਾਟੇਵਾਨਾ ਸੀ ਮੈਂ ਇਸ ਪ੍ਰਭਾਵਸ਼ੀਲ ਕੁੜੀ ਦਾ ਸਾਹਿਤਿਕ ਚਿਹਰਾ ਚੇਤੇ ਕਰਨ ਦੀ ਕੋਸ਼ਿਸ਼ ਕੀਤੀ ਕਹਾਣੀਆਂ ਦਾ ਪ੍ਰਭਾਵ ਨਾ ਹੋਣ ਸਮਾਨ ਸੀ ਨਿੱਕੀਆਂ ਕਹਾਣੀਆਂ ਨਿੱਕੇ-ਨਿੱਕੇ ਬਾਤ ਨਿੱਕੀਆਂ-ਨਿੱਕੀਆਂ ਗੱਲਾਂ ਨਿੱਕੇ-ਨਿੱਕੇ ਭਾਵ ਜੇ ਮਿਲ ਪਈ ਤਾਂ ਮੈਂ ਉਹਦੀ ਕਿਹੜੀ ਕਹਾਣੀ ਦੀ ਗੱਲ ਕਰਾਂਗਾ ਜਿੱਥੇ ਕਿਧਰੇ ਮੁਲਾਕਾਤ ਦੀ ਸੰਭਾਵਨਾ ਬਣਦੀ ਮੈਂ ਉਧਰ ਇਧਰ ਉਧਰ ਹੋ ਜਾਂਦਾ ਉਹ ਦਿਨ ਤੋਂ ਪਿੱਛੋਂ ਮੇਰੀ ਉਸ ਨਾਲ ਕੋਈ ਮੁਲਾਕਾਤ ਨਾ ਹੋਈ ਮੇਰੀ ਖਾਣੀ ਸਹਿਤ ਕਰ ਗੱਲਾਂ ਕਰਦੇ ਕਿ ਸਾਡੀ ਪੀੜ੍ਹੀ ਦੇ ਲੇਖਕਾਂ ਦੀ ਕੋਈ ਇੱਜ਼ਤ ਨਹੀਂ ਸੀ ਬਣ ਰਹੀ ਜਿਸ ਪੀੜ੍ਹੀ ਦੇ ਲੇਖਕਾਂ ਵਿੱਚ ਕੋਈ ਲੇਖਕਾ ਹੀ ਨਾ ਹੋਵੇ ਉਹਨਾਂ ਦੀ ਲਿਖਤ ਦਾ ਬਿੰਬ ਤਾਂ ਬਣ ਸਕਦਾ ਉਹਨਾਂ ਦੀ ਚੌਕੜੀ ਦਾ ਨਹੀਂ ਅਸੀਂ ਖਿੱਚ ਧੂਕੇ ਪ੍ਰਭਜੋਤਕਾਰ ਨੂੰ ਆਪਣੀ ਪੀੜ੍ਹੀ 'ਚ ਲਿਆਉਣਾ ਚਾਹੁੰਦੇ ਸੀ ਪਰ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਸਾਨੂੰ ਉਸ ਰਸਤੇ ਟੁਰਨ ਨਹੀਂ ਸੀ ਦਿੰਦਾ ਇੱਕ ਹੋਰ ਦਿੱਕਤ ਇਹ ਵੀ ਸੀ ਸੇਖੋਂ ਤਾਂ ਉਹਦੀਆਂ ਕਵਿਤਾਵਾਂ 'ਚੋਂ ਕੁਝ ਨਾ ਕੁਝ ਲੱਭ ਲੈਂਦਾ ਸੀ ਸਾਨੂੰ ਜਿਹੜੇ ਕਵਿਤਾ ਦੇ ਰਸье ਨਹੀਂ ਸੀ ਬੰਨੇ ਜਾਂਦੇ ਇਹ ਵੀ ਨਹੀਂ ਸੀ ਲੱਭਦਾ ਸਾਡੀ ਇੱਜ਼ਤ ਅਜੀਤ ਕੌਰ ਨੇ ਰੱਖੀ ਜੇ ਉਹ ਵੀ ਸਾਡੇ ਬੇੜੇ ਆਪਣੀਆਂ ਕਹਾਣੀਆਂ ਨਾਲ ਸੁੱਟਦੀ ਤਾਂ ਪਤਾ ਨਹੀਂ ਸਾਡਾ ਕੀ ਬੜਨਾ ਸੀ ਕੁਝ ਇਸ ਕਰਕੇ ਤੇ ਕੁਝ ਉਸ ਕਰਕੇ ਟਿਵਾਣਾ ਸਾਡੀ ਪੀੜ੍ਹੀ ਦੀ ਸਮਕਾਲੀ ਨਾ ਹੋ ਸਕੇ ਤੇ ਫਿਰ ਇੱਕ ਦਿਨ ਉਹਦਾ ਨਾਵਲ ਇਹ ہمارا ਜੀਵਨਾ ਮੇਰੀ ਨਜ਼ਰ ਚ ਲੰਘ ਗਿਆ ਥੋੜੇ ਜਿੰਨੇ ਪੰਨੇ ਨਿੱਕੇ ਨਿੱਕੇ ਪੈਰੇ ਨਿੱਕੇ ਨਿੱਕੇ ਵਾਕ ਨਿੱਕਾ ਜਿਹਾ ਨਾਵਲ ਮੇਰੀ ਵਾਟੀ ਤੇ ਉਸ ਤੋਂ ਪਿੱਛੋਂ ਸਾਡੇ ਘਰ ਦੇ ਹੋਰ ਪੰਜਾਬੀ ਪਾਟਕਾਂ ਨੇ ਇਹ ਨਾਵਲ ਮੇਰੇ ਹੱਥੀਂ ਨਾ ਲੱਗਣ ਦਿੱਤਾ ਸਭ ਹੀ ਕਹਿਣ ਬੜਾ ਵਧੀਆ ਮੈਨੂੰ ਯਕੀਨ ਜਿਆ ਨਾ ਹੋਵੇ ਮੇਰੇ ਮਾਮਾ ਮਾਮੀ ਵੀ ਆਈ ਸੀ ਦੋਵੇਂ ਮੇਰੇ ਹਾਨੀ ਸੀ ਮੈਂ ਦਫ਼ਤਰੋਂ ਘਰ ਆਇਆ ਮੰਮੀ ਮਮੇ ਨੂੰ ਕੁਝ ਕਹਿ ਰਹੀ ਸੀ ਮਖਾਂਜੀ ਮੈਂ ਤੇਰੇ ਮੰਜੇ ਤੇ ਆ ਜਾ ਇੱਕ ਸ਼ਰਤ ਉੱਤੇ ਵੀ ਉਦੋਂ ਹੀ ਨਹੀਂ ਸੌਜੇਂਗੀ ਮੇਰਾ ਮੰਜਾ ਤਾਂ ਤੈਨੂੰ ਜਿਵੇਂ ਟੂਣਾ ਹੀ ਐ ਆਈ ਨਹੀਂ ਸੁੱਤੀ ਨਹੀਂ ਤੇਰੇ ਕੋਲ ਆ ਕੇ ਅਸਲ 'ਚ ਮੈਨੂੰ ਡਰ ਲੱਗਣੋਂ हट ਜਾਂਦਾ ਡਰ ਨੂੰ ਕੀ ਤੂੰ ਹੁਣ ਨਿਆਣੀ ਐ ਇਹ ਤਾਂ ਮੈਂ ਵੀ ਸੋਚਦੀ ਆਂ ਵੀ ਡਰ ਨੂੰ ਹੁਣ ਕੀ ਮੈਂ ਨਿਆਣੀ ਐ ਇੰਨਾ ਕਹਿ ਕੇ ਉਹ ਦੋਵੇਂ ਖਿੜਖੜਾ ਕੇ ਹੱਸ ਪਏ ਮੈਂ ਵੇਖਿਆ ਉਹਨਾਂ ਕੋਲੇ ਇਹ ਹਮਾਰਾ ਜੀਵਨਾ ਸੀ ਇਹ ਵਾਰਤਾ ਲਾਪਟੇਵਾਣਾ ਦੀ ਸੀ ਇਹ ਹਮਾਰਾ ਜੀਵਨਾ ਵਿੱਚੋਂ ਵਾਣਾ ਨੇ ਗੱਲ ਅੱਗੇ ਤੋਰੀ ਸੀ ਆਪਣੀਆਂ ਕਹਾਣੀਆਂ ਤੋਂ ਵੀ ਤੇ ਆਪਣੇ ਭਾਵਕ ਜੇ ਨਾਵਲ ਅਗਨੀ ਪ੍ਰੀਖਿਆ ਤੋਂ ਵੀ ਮੈਂ ਉਸੇ ਦਿਨ ਮੌਕਾ ਕੱਢ ਕੇ ਨਾਵਲ ਪੜਿਆ ਇਹ ਕਿਸੇ ਭਾਨੋ ਦੀ ਕਹਾਣੀ ਸੀ ਜਿਹਦੇ ਪਤੀ ਨੂੰ ਸ਼ਰਾਬ ਪੀ ਕੇ ਉਹਦੇ ਭਰਾਵਾਂ ਨੇ ਮਾਰਤਾ ਸੀ ਕਿਉਂਕਿ ਭਾਨੋ ਨੂੰ ਆਪਣੇ ਚਾਰੇ ਦੇ ਚਾਰੇ ਛੜੇ ਭਰਾਵਾਂ ਨਾਲ ਖੁੱਲ ਨਹੀਂ ਸੀ ਲੈਣ ਦਿੰਦਾ ਉਹਨਾਂ ਦਿਨਾਂ 'ਚ ਹੀ ਦੁਖੀ ਭਾਨੋ ਨੂੰ ਨਰੈਣਾ ਅਮਲੀ ਮਿਲ ਗਿਆ ਜਿਸ ਨਾਲ ਉਹਦੇ ਉਪਰੋਕਤ ਗੱਲਬਾਤ ਵੀ ਹੋਈ ਪਰ ਭਾਨੂ ਦੇ ਬੱਚਾ ਨਾ ਹੋਇਆ ਤੇ ਅਮਲੀ ਦੀ ਭੈਣ ਨੇ ਅਮਲੀ ਦਾ ਵਿਆਹ ਕਿਸੇ ਹੋਰ ਨਾਲ ਕਰ ਦਿੱਤਾ ਹੁਣ ਤਾਂ ਅਮਲੀ ਦੀ ਜੂਨ ਸੁਧਾਰਨ ਦੇ ਬਾਵਜੂਦ ਭਾਨੂ ਦੇ ਬੱਚਾ ਨਾ ਹੋਣ ਕਾਰਨ ਘਰ ਚੋਂ ਦੀ ਇੱਜ਼ਤ ਘਟ ਗਈ ਸੀ ਪਰ ਜਦੋਂ ਨਵੀਂ ਵੋਟੀ ਦੇ ਬੱਚਾ ਹੋ ਗਿਆ ਤਾਂ ਅਮਲੀ ਤੇ ਉਹਦੀ ਨਵੀਂ ਵੋਟੀ ਭਾਨੂ ਨੂੰ ਕਿਸੇ ਹੋਰ ਦੇ ਘਰ ਬਿਠਾਉਣ ਦੀਆਂ ਸੋਚਾਂ ਸੋਚਣ ਲੱਗੀ ਭਾਨੂ ਨੂੰ ਇਹ ਦੁਰਗਤ ਮਨਜ਼ੂਰ ਨਹੀਂ ਸੀ ਉਹ ਨੰਗੇ ਮੂੰਹ ਕਗਰਾ ਪਾਏ ਵੀ ਨਹੀਂ ਪਿੰਡੋਂ ਉੱਠ ਤੁਰੀ ਨੋਵਲ ਦੀ ਕਹਾਣੀ 'ਚ ਦੁੱਖ ਸੀ ਵਿਅੰਗ ਸੀ ਕਹਾਣੀ ਦੀ ਤੰਦ ਇਹ ਕਹਿ ਰਹੀ ਹੁੰਨ ਤੇ باوجود ਇਸਟ ਜਾਨਵੀ ਸੀ ਤੇ ਪਕੜਵੀ ਮੈਂ ਲੇਖਕਾਂ ਨੂੰ ਵਧਾਈ ਦੀ ਚਿੱਠੀ ਲਿਖੀ ਜਿਹੜੀ ਜਿਹੜਾ ਇੱਕ ਤਰ੍ਹਾਂ ਨਾਲ ਆਪਣੀ ਪੀੜ੍ਹੀ ਚ ਰਲਾਉਣ ਦਾ ਯਤਨ ਵੀ ਸੀ ਟਿਵਾਣਾ ਨੇ ਪਹਿਲੀ ਪੀੜ੍ਹੀ ਦੇ ਪਿੱਛੇ ਲੱਗਣ ਨਾਲੋਂ ਸਾਡੀ ਪੀੜ੍ਹੀ ਦੇ ਅੱਗੇ ਲੱਗਣਾ ਪ੍ਰਵਾਨ ਕਰ ਲਿਆ ਸ਼ਬਦਾਂ ਰਾਹੀਂ ਨਹੀਂ ਅਮਲੀ ਤੌਰ ਤੇ ਉਹਨੇ ਇੱਕ ਇੱਕ ਕਰਕੇ ਕਈ ਨੋਵਲ ਲਿਖੇ ਵਾਟ ہماری ਢਿੱਲੀ ਦਾ ਨਿਸ਼ਾਨ ਵਿਦਿਨ ਵਿਦਾਉਟ ਸੂਰਜ ਤੇ ਸਮੁੰਦਰ ਵਾਟ ہماری ਨੌਕਰੀ ਦੀ ਵਾਟ ਵੀ ਜਪਦਾ ਤਿਆਂ ਦੀ ਮਾਂ ਦੀ ਵੀ ਤੇ ਗੋਲ ਕਬੂਤਰ ਦੀ ਵੀ ਵਿਦਿਨ ਵਿਦਾਊਟ ਦਾ ਨਿਬਾਹ ਸਾਹਿਤਿਕ ਤੇ ਕਲਾਤਮਕ ਹੈ ਭਾਵੇਂ ਅੰਤ ਬਾਰੇ ਗੱਲ ਨਹੀਂ ਕਹੀ ਜਾ ਸਕਦੀ ਦੂਜੇ ਨਾਵਲਾਂ ਚ ਵੀ ਪਕੜ ਹੈ ਭਾਵੇਂ ਇਹ ਹਮਾਰਾ ਜੀਵਨਾ ਜਿੰਨੀ ਨਹੀਂ ਥੋੜੀ ਕਾਲ ਦਾ ਪ੍ਰਭਾਵ ਪੈਂਦਾ ਹੈ ਜਿਹੜੀ ਜੇਠੇ ਬੱਚੇ ਦੇ ਅਮਲਾ ਵਿੱਚ ਹੋਣੀ ਕੁਦਰਤੀ ਵੀ ਹੈ ਟਿਵਾਣਾ ਨਵੇਂ ਨਾਵਲਕਾਰਾਂ ਵਿੱਚ ਜੇਠੀ ਹੈ ਦਲੀਪ ਕੌਰ ਟਿਵਾਣਾ ਦੀ ਪੰਜਾਬੀ ਸਾਹਿਤ ਨੂੰ ਦੇਣ ਬਲਵੰਤ ਗਰਗੀ ਵਰਗੀ ਵੀ ਹੈ ਜਸਵੰਤ ਸਿੰਘ ਕਬਲ ਵਰਗੀ ਵੀ ਜੇ ਗਾਰਗੀ ਚੁਸਤ ਫਿਕਰਿਆਂ ਦਾ ਧਨੀ ਹੈ ਤਾਂ ਟਿਵਾਣਾ ਵਾਰਤਾ ਲਾਪਦੀ ਸੋਝਮਈ ਵਾਰਤਾ ਲਾਪ ਤੇਵਾਣਾ ਦਾ ਵਿਸ਼ੇਸ਼ ਗੁਣ ਹੈ ਵਾਰਤਾ ਲਾਪ ਦਾ ਕਮਲ ਵੀ ਮਹਾਰਾ ਪਰ ਉਹਦੀ ਬੋਲੀ ਖੋਰੀ ਹੁੰਦੀ ਹੈ ਪਿੰਡੂ ਤੇ ਖਰਵੀ ਜਿੱਥੋਂ ਤੱਕ ਵਿਸ਼ੇ ਦਾ ਸਬੰਧ ਹੈ ਟਿਵਾਣਾ ਆਪਣੀ ਰਚਨਾ ਵਿਆਹ ਦੀ ਬੇਰਸੀ ਬੇਔਲਾਦੀ ਸੋਖਣਚਾਰੀ ਯਤామਤ ਤੱਕ ਸੀਮਤ ਰੱਖਦੀ ਹੈ ਕਮਲ ਦਾਤਰੀ ਥੋੜੇ ਜਾਂ ਕਿਸਾਨ ਮਜ਼ਦੂਰਾਂ ਦੇ ਹੌਸਲੇ ਤੱਕ ਦੋਵੇਂ ਪਿਆਰ ਚ ਸੁਖ ਲੱਭਦੇ ਹਨ ਪਰ ਇਹਨਾਂ ਨੇ ਜਿਸ ਨਾਲ ਮਨ ਨੂੰ ਸ਼ਾਂਤੀ ਮਿਲ ਸਕੇ ਕਵਲਤਾ ਇਹ ਸੁਖ ਵੀ ਚਾਨਣੀ ਰਾਤ ਤੋਂ ਭਾਲਦਾ ਹੈ ਇਹਦੇ ਉਲਟ ਗਾਰਗੀ ਦਾ ਸੰਕਟ ਇਹਨਾਂ ਵਿਸ਼ੇ ਦਾ ਨਹੀਂ ਜਿੰਨਾ ਦ੍ਰਿਸ਼ਟੀਕੋਣ ਦਾ ਇਹ ਘਾਟੋ ਦੇ ਰੇਖਾ ਚਿੱਤਰਾਂ ਵਿੱਚ ਵੀ ਹੈ ਤੇ ਮੌਲਿਕ ਰਚਨਾਵਾਂ ਦੀ ਪਾਤਰ ਉਸਾਰੀ ਵਿੱਚ ਵੀ ਉਹਦੀ ਲਿਖਤ ਵੱਧ ਤੋਂ ਵੱਧ ਦਿਲਚਸਪ ਹੋਣ ਦੇ ਬਾਵਜੂਦ ਅਰਥਹੀਣ ਹੁੰਦੀ ਹੈ ਕੁਝ ਵੀ ਹੋਵੇ ਜਦੋਂ ਕਦੀ ਵੀ ਪੰਜਾਬੀ ਸੱਭਿਆਚਾਰ ਦੇ ਲੇਖਕਾਂ ਨੂੰ ਸਾਹਿਤ ਆਪਣਾ ਆਧਾਰ ਬਣਾਉਣਾ ਪਿਆ ਤਾਂ ਕਵਲਤੀ ਟਿਵਾਣਾ ਦੀਆਂ ਰਚਨਾਵਾਂ ਮਨੁੱਖੀ ਬੋਲਾਂ ਤੇ ਮਨੁੱਖੀ ਰਿਸ਼ਤਿਆਂ ਨੂੰ ਸਮਝਣ 'ਚ ਸਹਾਇੀ ਹੋਣਗੀਆਂ। ਟਿਵਾਣਾ ਨੂੰ ਮਾਨਵੀ, ਸਾਂਝ ਤੇ ਮਨੁੱਖੀ ਰਿਸ਼ਤਿਆਂ ਦੀ ਪਕੜ ਹੈ। ਉਪਰੋਕਤ ਸ਼ਬਦ ਚਤਰ ਦਲੀਪ ਕੌਰ ਟਿਵਾਣਾ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਪੁਰਸਕਾਰ ਮਿਲਣ ਉਤੇ ਆਰਸੀ ਦੇ ਅਪ੍ਰੈਲ 1972 ਅੰਕ 'ਚ ਚਪਿਆ ਸੀ। ਛੋਟੀ ਦੀਦੀ ਸਿਰਲੇਖ ਹੈ। ਹੁਣ ਟਿਵਾਣਾ ਉਨੀ ਛੋਟੀ ਨਹੀਂ ਰਹੀ। ਉਹਦੇ ਦੀਦਕਾਰਾਂ ਦੀ ਦੀਦ ਦਾ ਘੇਰਾ ਵੀ ਬਹੁਤ ਵੱਡਾ ਹੋ ਗਿਆ ਹੈ। ਹੁਣ ਇਸ ਗੱਲ ਨੂੰ 30 ਸਾਲ ਹੋਣ ਵਾਲੇ ਆ ਬੜੇ ਪਾਣੀ ਲੰਘ ਚੁੱਕੇ ਆ ਥੱਲਿਓਂ ਲੰਘਣ ਵਾਲੇ ਪਾਣੀਆਂ ਤਾਂ ਲੰਘਣਾ ਹੀ ਸੀ ਪੁਲਾਂ ਦੇ ਉੱਪਰੋਂ ਦੀ ਲੰਘਣ ਵਾਲੇ ਪਾਣੀਆਂ ਦਾ ਅੰਤ ਨਹੀਂ ਰਿਹਾ 5-7 ਸਾਲ ਹੋਏ ਕਗਰ ਨਦੀ ਨੇ ਜਿਹੜਾ ਪਟਿਆਲੇ ਨੂੰ ਵਕਤ ਪਾਇਆ ਉਹ ਤਾਂ ਮੈਂ ਵੀ ਤੱਕਿਆ ਕਿਧਰੇ ਕਿਧਰੇ ਪਾਣੀ ਦੀ ਸਵਾਰੀ ਇੰਨੀ ਉੱਚੀ ਸੀ ਕਿ ਇੱਕ ਵੇੜੇ ਦੇ ਭਾਂਡੇ ਚਾਰ ਦਵਾਰੀ ਦੇ ਕੰਧ ਟਪਕੇ ਦੂਜੇ ਵੇੜੇ ਚਲੇ ਗਏ ਦੂਜੇ ਵੇੜੇ ਤੇ ਤੀਜੇ ਵੇੜੇ ਟਰੱਕਾਂ 'ਚ ਲੱਦੀਆਂ ਮੱਜਾਂ ਪਾਣੀ ਦੀ ਸਤਾ ਉੱਚੀ ਹੋਣ ਨਾਲ ਤਰ ਕੇ ਬਾਹਰ ਆ ਗਈਆਂ ਪਰ ਇਹ ਨਾ ਪਾਣੀਆਂ ਦਾ ਟਿਵਾਣਾ ਦੀ ਲਿਖਤ ਨਾਲ ਕੋਈ ਸਬੰਧ ਨਹੀਂ ਇੱਥੇ ਪਾਣੀਆਂ ਤੋਂ ਮੇਰੀ ਮੁਰਾਦ ਸਮੇਂ ਤੋਂ ਹੈ ਇਹਨਾਂ 28 30 ਵਰਿਆਂ ਵਿੱਚ ਸਾਹਿਤਿਕ ਮਾਹੌਲ ਚ ਘਟਣ ਨਹੀਂ ਗਈ ਦਲੀਪ ਤੋਂ ਛੋਟੀ ਮਨਜੀਤ ਟਿਵਾਣਾ ਜਿਹਨੂੰ ਦਲੀਪਕੌਰ ਚਿੜੀ ਕਿਹਾ ਕਰਦੀ ਸੀ ਪੰਜਾਬੀ ਵਿੱਚ ਲਿਖੀ ਜਾ ਰਹੀ ਬੇਬਾਕ ਸ਼ਾਇਰੀ ਦੀ ਝੰਡਾ ਬਰਦਾਰ ਹੈ ਮਨਜੀਤ ਪਾਲ ਨੇ નિਸ਼ੰਗ ਸ਼ਾਇਰੀ ਦਾ ਮੁੱਢ ਬੰਨਿਆ ਕਾਨਾ ਸਿੰਘ ਬਹੁਤ ਖੂਬਸੂਰਤ ਵਾਰਤਕ ਲਿਖ ਰਹੀ ਹੈ ਬਨੀਤਾ ਤੇ ਸੁਖਵਿੰਦਰ ਅਮਰਤ ਕਵਿਤਾ ਦੇ ਵੇੜੇ ਆਵੜੀਆਂ ਬਚਨਦ ਕੌਰ ਵਾਰਤਕ ਦੇ ਦਲੀਪ ਕੌਰ ਦੇ ਵਿਦਿਆਰਥੀਆਂ ਨੂੰ ਸਾਹਿਤ ਅਕੈਡਮੀ ਦੇ ਪੁਰਸਕਾਰ ਮਿਲ ਚੁੱਕੇ ਹਨ। ਹੁਣ ਵੀ ਪੰਜਾਬੀ ਪੜਨ ਲਿਖਣ ਵਾਲਿਆਂ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰਾਂ ਦਾ ਘਾਟਾ ਨਹੀਂ ਰਿਹਾ। ਇਨਾਮਾਂ ਦੇ ਟਹੂਏ ਭੱਜੇ ਫਿਰਦੇ ਆ ਤੇ ਲੋਈਆਂ ਮੋਢੇ ਚੜ ਕੇ ਨੱਚ ਰਹੀਆਂ। ਦਲੀਪ ਕੌਰ ਟਿਵਾਣਾ ਨੂੰ ਹੀ ਕਈ ਇਨਾਮ ਸਨਮਾਨ ਮਿਲ ਚੁੱਕੇ। ਪੰਜ ਸਟੇਟ ਅਵਾਰਡ ਕਈ ਨੈਸ਼ਨਲ ਤੇ ਇੰਟਰਨੈਸ਼ਨਲ ਅਵਾਰਡ। ਉਹਨੇ ਦੇਸ਼ ਦੇ ਸੰਸਾਰਾਂ ਦੇ ਦਾਰੇ ਕੀਤੇ ਹੈ ਯੂਨੀਵਰਸਿਟੀ ਚ ਪ੍ਰੋਫੈਸਰ ਤੇ ਮੁਖੀ ਰਹਿ ਚੁੱਕੀ ਹੈ ਅੱਜ ਕੱਲ ਯੂਨੀਵਰਸਿਟੀ ਦੀ ਲਾਈਫ ਫੈਲੋ ਹੈ ਪੰਜਾਬੀ ਪੜਨ ਪੜਾਉਣ ਵਾਲਿਆਂ ਦੀ ਗਿਣਤੀ ਚ ਵਾਧਾ ਹੋਇਆ ਹੈ ਪੰਜਾਬੀ ਸੰਮੇਲਨ ਪੰਜਾਬ ਤੇ ਭਾਰਤ ਦੀਆਂ ਹੱਦਾਂ ਬਨੇ ਟਪਕੇ ਪਾਕਿਸਤਾਨ ਸਿੰਗਾਪੁਰ ਬਰਤਾਨੀਆ ਕੈਨੇਡਾ ਤੇ ਅਮਰੀਕਾ ਚ ਹੋਣ ਲੱਗੇ ਹਨ ਹੁਣ ਦਲੀਪ ਘੋਟਿਵਾਣਾ ਦੀ ਛੋਟੀ ਦੀਦੀ ਨਹੀਂ ਛੋਟੀ ਤਾਂ ਬਿਲਕੁਲ ਹੀ ਨਹੀਂ ਦੀਦੀ ਹੈ ਤੇ ਉਹ ਵੀ ਦੀਦਵਾਲੀ ਉਹਦੀਆਂ ਰਚਨਾਵਾਂ ਚ ਦੇਖੀਆਂ ਸੁਣੀਆਂ ਗੱਲਾਂ ਤੇ ਕਟਨਾਵਾਂ ਪ੍ਰਦਾਨ ਹਨ ਉਨੇ ਦੇਖੇ ਸੋਨੇ ਮਨੋਵਿਗਿਆਨੀ ਸਰਵਣ ਮਿਨਹਾਸ ਨਾਲ ਵਿਆਹ ਕਰ ਲਿਆ ਹੈ ਬੱਚੇ ਵਾਲੀ ਹੈ ਪਤੀ ਮਨੋਵਿਗਿਆਨੀ ਵਿਗਿਆਨ ਦਾ ਪ੍ਰੋਫੈਸਰ ਹੈ ਪੰਜਾਬੀ ਕਵਿਤਾ ਰਚਦਾ ਹੈ ਬੱਚਾ ਕਾਲਜ ਜਾਣ ਲੱਗਾ ਹੈ ਹੁਣ ਉਹਦੀਆਂ ਨਾਵਲਾਂ ਦੀ ਗਿਣਤੀ 5 ਹੀ ਹੋ ਚੁੱਕੀ ਹੈ ਤੇ ਕਹਾਣੀਆਂ ਦੀ 25 ਘੱਟ 200 ਇਸ ਕਿੰਨੇ ਕੁਝ ਤੋਂ ਪਹਿਲਾਂ ਉਹ ਆਪਣੀ ਸਵੈ ਜੀਵਨੀ ਵੀ ਲਿਖ ਚੁੱਕੀ ਹੈ ਨੰਗੇ ਪੈਰਾਂ ਦਾ ਸਫ਼ਰ ਉਹਨੇ ਕਾਫੀ ਸਫ਼ਰ ਤੈਅ ਕਰ ਲਿਆ ਹੈ ਇਸ ਸਰਸੇਚ ਮੈਂ ਵੀ ਦਿੱਲੀ ਤੋਂ ਚੰਡੀਗੜ੍ਹ ਆ ਗਿਆ ਸੰਪਾਦਕੀਆਂ ਸਕੱਤਰੀਆਂ ਚੇਅਰਮੈਨੀਆਂ ਕਰਦਾ ਪੰਜਾਬੀ ਯੂਨੀਵਰਸਿਟੀ ਚ ਪ੍ਰੋਫੈਸਰੀ ਨੂੰ ਥੂੰਗਾ ਮਾਰ ਆਇਆ ਉਹਦੇ ਬਰਾਬਰ ਵੀ ਰਹਾ ਤੇ ਅਬ ਬਰਾਬਰ ਵੀ ਮੈਂ ਉਹਦੇ ਕਈ ਰੰਗ ਤੱਕੇ ਦਿਵਾਨਾ ਨੂੰ ਫੁਰਨੇ ਬਹੁਤ ਫੁਰਦੇ ਐ ਲੇਖਕਾਂ ਦੇ ਚਿੱਤਰ ਫੈਲੋਸ਼ਿਪਾਂ ਰੂਬਰੂ ਦਸਤਾਵੇਜ਼ੀ ਦਸਤਾਵੇਜ਼ੀ ਫਿਲਮਾਂ ਲਿਖਣ ਵੇਲੇ ਸਿਰਜਣਾ ਦੇ ਸਫ਼ਰ ਗੁਫ਼ਤਗੂ ਵਾਰਤਾਲਾਪ ਮੁਲਾਕਾਤਾਂ ਸੰਵਾਦ ਸਮਾਗਮ ਖੋਜ ਕਰ ਰਹੀ ਤੇ ਲੋਚਨਾ ਸਹਿਤਿਕ ਮਿਲੀਆਂ ਸਹਿਤਿਕ ਮਹਾਂਦਰੇ ਸਹਿਤਿਕ ਸਵੈਜੀਵੀਆਂ ਸਹਿਤਿਕ ਸ਼ਬਦ ਚੱਤਰ ਸਹਿਤਿਕ ਟੂਨੇ ਸਹਿਤਿਕ ਜਾਦੂ ਇਹ ਸਾਰੇ ਕੰਮ ਉਹਨੇ ਪੰਜਾਬੀ ਸਹਿਤ ਅਕੈਡਮੀ ਦੀ ਪ੍ਰਧਾਨ ਵਜੋਂ ਕਰੇ ਕਰਵਾਏ ਉਹਨੇ ਬਹੁ ਵਿਧੀ ਸਹਿਦ ਦਾ ਸਵਾਗਤ ਕੀਤਾ ਨਿਤਾਣਿਆਂ ਨੂੰ ਤਾਣ ਦਿੱਤਾ ਚੋਗਾ ਚੁਗਣ ਦੀਆਂ ਆਦੀਆਂ ਨੂੰ ਚੋਗਾ ਇਹਨਾਂ ਚ ਉਹਦੀ ਆਪਣੀ ریاਸਤ ਦਾ ਇੱਕ ਅਦਵੀ ਹਾਕਮ ਵੀ ਸ਼ਾਮਲ ਹੈ ਥੇਲੇ ਦਾ ਬੁੱਢਾ ਟਕੇ ਦੀ ਚੋ ਤਕਾਬ ਟੋਰ ਤਾਂ ਹੋਰ ਵੀ ਹੋਣਗੇ ਮੈਨੂੰ ਜਾਣਦਾ ਇਹ ਗੱਲ ਤਾਂ ਮੈਂ ਦਾਤੇ ਦੀ ਦਾਦ ਖਿਤ ਲਿਖੀ ਹੈ ਇਸ ਦੀਦੀ ਨੇ ਕਈ ਸਿਫਤਾਂ ਤੇ ਸਿਨਫਾਂ ਉਸ ਦੀਦੀ ਤੋਂ ਵੀ ਲਈਆਂ ਮੈਂ ਜਦੋਂ ਵੀ ਯੂਨੀਵਰਸਿਟੀ ਮੈਡਮ ਟਿਵਾਨਾ ਪਟਿਆਲਾ ਚ ਉਸੇ ਨਾਮ ਨਾਲ ਜਾਣੀ ਜਾਂਦੀ ਹੈ ਨੂੰ ਮਿਲਣ ਜਾਣਾ ਅਧਿਆਪਕਾਂ ਵਿਦਿਆਰਥੀਆਂ ਪਾੜਿਆਂ ਤੇ ਪ੍ਰਸ਼ੰਸਕਾਂ ਘਰੀ ਮਿਲਦੀ ਹੈ ਵੱਡੀ ਦੀਦੀ ਵਾਂਗ ਵਿਦਿਆਰਥੀ ਪ੍ਰਸ਼ਨ ਪੁੱਛਦੇ ਪਾੜੇ ਸ਼ਾਮੁਖੀ ਦੇਵਨਾਗਰੀ ਵਾਲੀਆਂ ਲਿਖਤਾਂ ਪੜ੍ਹ ਕੇ ਸੁਣਾਉਂਦੇ ਅਧਿਆਪਕ ਸਿਰ ਹਿਲਾਉਂਦੇ ਜਦੋਂ ਮੈਂ ਖੁਦ ਵੀ ਪ੍ਰੋਫੈਸਰ ਬਣ ਕੇ ਯੂਨੀਵਰਸਿਟੀ ਗਿਆ ਤਾਂ ਸਿੱਧਾ ਪੰਜਾਬੀ ਵਿਭਾਗ ਹੀ ਗਿਆ ਸੀ ਇਸ ਕਾਰਨ ਵੀ ਕਿ ਮੁਢਲੇ ਰੂਪ ਚ ਸਾਹਿਤ ਨਾਲ ਜੁੜਿਆ ਹੋਣ ਦੇ ਨਾਤੇ ਉਹ ਵਿਭਾਗ ਮੈਨੂੰ ਆਪਣਾ ਜਾਪਦਾ ਹੈ ਉੱਥੇ ਮੈਡਮ ਟਿਵਾਣਾ ਦਾ ਬਾਰਾ ਪੈਰਾ ਸੀ ਇਹ ਗੱਲ ਵੱਖਰੀ ਹੈ ਜਿਸ ਇਤਿਹਾਸ ਮ ਇਤਿਹਾਸ ਦੇ ਲਕੋਕਤੀ ਬਾਰੇ ਚਰਚਾ ਹੋ ਰਹੀ ਹੁੰਦੀ ਉਹ ਮੇਰੇ ਵਾਸਤਾ ਰੋਗ ਨਹੀਂ ਸੀ ਹੁੰਦਾ ਮੇਰੀ ਪੰਜਾਬੀ ਵਿਭਾਗ ਦੀ ਫੇਰੀ ਦਾ ਮੈਨੂੰ ਇਹ ਲਾਭ ਜ਼ਰੂਰ ਹੋਇਆ ਕਿ ਮੈਨੂੰ ਉੱਥੋਂ ਦੇ ਵਿਦਿਆਰਥੀ ਵੀ ਸਰਦਾ ਨਾਲ ਮਿਲਦੇ ਜਿਵੇਂ ਮੈਂ ਉੱਥੋਂ ਦਾ ਪਰੋਣਾ ਹਾਂ ਇਸ ਫੇਰੀ ਦਾ ਮੈਨੂੰ ਜਿਆ ਭੁੱਸ ਪੈ ਚੁੱਕਾ ਹੈ ਕਿ ਮੈਂ ਇਹ ਫੇਰੀ ਡਾਕਟਰ ਰਗਵੀਰ ਸਿੰਘ ਤੇ ਉਸ ਤੋਂ ਵਿੱਚੋਂ ਜਸਵੰਦਰ ਸਿੰਘ ਦੇ ਮੁਖੀ ਹੁੰਦਿਆਂ ਵੀ ਟੁੱਟਣ ਨਹੀਂ ਦਿੱਤੀ ਇਹਦਾ ਚੰਗਾ ਮੰਦਾ ਪਹਿਲੂ ਇਹ ਵੀ ਹੈ ਕਿ ਅਮਲੀ ਦਾ ਅਮਲ ਬਣ ਗਿਆ ਧੰਨਵਾਦ